ਅਲੀਸ਼ਾ ਬਾਅਦ ਤੁਸੀਂ ਮੌਕਾ ਦਿੱਤਾ, ਸਾਰੇ ਮੇਰੇ ਦੋਸਤ ਜਿਹੜੇ ਸੀਗੇ ਉਹ ਕਾਫੀ ਗੱਲਾਂ ਕਰ ਰਹੇ ਸੀ। ਜਸਪ੍ਰੀਤ ਜੀ ਨੇ ਬੜੇ ਸਵਾਲ ਚੱਕੇ, ਪਰ MSP ਦਾ ਸਵਾਲ ਤੇ ਕਿਸਾਨਾਂ ਦਾ ਸਵਾਲ ਚੱਕਣਾ ਸ਼ਾਇਦ ਮੈਨੂੰ ਲੱਗਦਾ ਭੁੱਲ ਗਏ ਕਿ ਪੰਜਾਬ ਦੇ ਜਿਹੜਾ ਗੱਭਰੂ ਜਵਾਨ ਮੁੰਡਾ 22 ਸਾਲਾਂ ਦਾ ਉਹਦੇ ਬੈਰੀਅਰ ਦੇ ਉੱਪਰ ਸ਼ੰਭੂ ਅਖਨੌਰੀ ਬਾਰਡਰ ਦੇ ਉੱਪਰ ਹਰਿਆਣਾ ਦੇ ਮੁੱਖ ਮੰਤਰੀ ਵੱਲੋਂ ਕੀਤੀ ਗਈ ਫਾਇਰ ਦੇ ਵਿੱਚ ਮਾਰਿਆ ਗਿਆ, ਉਹਦੇ ਤੇ ਤੁਹਾਡਾ ਕੀ ਜਵਾਬ ਹੈ? ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸਭ ਤੋਂ ਵੱਡਾ ਜਿਹੜਾ ਸੈਸ਼ਨ ਹੈ ਉਹ ਕੀਤਾ ਹੈ, ਕਮਿਟਿਡ ਹੈ ਲੋਕਾਂ ਦੇ ਮੁੱਦਿਆਂ ਨੂੰ ਡਿਸਕਸ ਕਰਨ ਦੇ ਲਈ, ਪੰਜਾਬ ਦੇ ਲੋਕਾਂ ਦੇ ਮੁੱਦਿਆਂ ਨੂੰ ਡਿਸਕਸ ਕਰਨ ਦੇ ਲਈ। ਪੰਜਾਬ ਦਾ ਬਜਟ ਪਹਿਲੀ ਵਾਰੀ 2 ਲੱਖ ਕਰੋੜ ਰੁਪਏ ਦਾ ਆਂਕੜਾ ਜਿਹੜਾ ਹੈਗਾ ਉਹ ਪਾਸ ਕੀਤਾ ਪੰਜਾਬ ਦੇ ਬਜਟ ਨੇ। ਇਹ ਬਹੁਤ ਆਪਣੇ ਆਪ ਦੇ ਵਿੱਚ ਇਤਿਹਾਸਿਕ ਬਜਟ ਜਿਹੜਾ ਹੈਗਾ ਸਾਡੇ ਹਰਪਾਲ ਸਿੰਘ ਚੀਮਾ ਜੀ ਨੇ ਪੇਸ਼ ਕੀਤਾ। ਰੰਧਾਵਾ ਵਾਲੀਆ ਸਾਹਿਬ, ਇਹਦੇ ਨਾਲ ਨਾਲ ਕਹਿੰਦੇ ਹੈ ਨਾ ਕਿ ਸਾਵਨ ਕੇ ਅੰਧੇ ਕੋ ਸਭ ਕੁਛ ਹਰਾ ਹਰਾ ਹੀ ਦਿਖਤਾ। ਸਾਰੀਆਂ ਆਪੋਜੀਸ਼ਨ ਪਾਰਟੀਆਂ ਨੂੰ ਸਿਰਫ ਗਲਤ ਗਲਤ ਹੀ ਦਿਖਦਾ। ਜਿਹੜੀ SSF ਦੀ ਗੱਲ ਪ੍ਰਮੋਦ ਛਾਬੜਾ ਜੀ ਨੇ ਕੀਤੀ ਸੀਗੀ ਉਹ ਬਹੁਤ ਵਧੀਆ ਸਰਵਿਸ ਹੈ ਜਿਹੜੀ ਸਰਦਾਰ ਭਗਵੰਤ ਸਿੰਘ ਜੀ ਮਾਨ ਨੇ ਕੀਤੀ ਹੈ ਵਿਦਿਨ 2 ਈਅਰਸ ਆਫ ਹਿਸ ਗਵਰਨਮੈਂਟ। ਸਿਰਫ 2 ਸਾਲਾਂ ਦੇ ਅੰਦਰ ਤੁਸੀਂ ਦੇਖੋ 43,000 ਤੋਂ ਵੱਧ ਨੌਕਰੀਆਂ ਹੁਣ ਤੱਕ ਉਹਨਾਂ ਨੂੰ ਜੁਆਇਨਿੰਗ ਲੈਟਰਸ ਦੇ ਚੁੱਕੇ ਨੇ, ਜਿਹੜੀਆਂ ਨੌਕਰੀਆਂ ਨਿਕਲ ਰਹੀਆਂ ਨੇ। ਪਿਛਲੇ ਮਹੀਨੇ ਦੇ ਵਿੱਚ 4 ਨੋਟੀਫਿਕੇਸ਼ਨ ਆਏ ਨੇ ਅਲੱਗ ਅਲੱਗ ਡਿਪਾਰਟਮੈਂਟਸ ਦੇ ਵਿੱਚ ਨੌਕਰੀਆਂ ਦੇ ਲਈ ਇਹ। ਤੇ ਉਸ ਤੋਂ ਇਲਾਵਾ 850 ਤੋਂ ਵੱਧ ਮੁਹੱਲਾ ਕਲੀਨਿਕ ਪੰਜਾਬ ਦੇ ਹਰ ਇੱਕ ਪਿੰਡ ਦੇ ਵਿੱਚ ਮੁਹੱਲਾ ਕਲੀਨਿਕ ਖੋਲਣ ਲਈ ਕਮਿਟਿਡ ਹੈ ਆਮ ਆਦਮੀ ਪਾਰਟੀ, ਤੇ 850 ਤੋਂ ਵੱਧ ਹੁਣ ਤੱਕ ਖੋਲ ਚੁੱਕੀ ਹੈ। ਉਸ ਤੋਂ ਇਲਾਵਾ 5,500 ਕਰੋੜ ਰੁਪਏ ਦੇ ਹਰ ਦੇ ਵਿੱਚ ਵੱਡਾ ਹਸਪਤਾਲ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਜੀ ਮਾਨ ਤੇ ਕੇਜਰੀਵਾਲ ਜੀ, ਤੁਹਾਨੂੰ ਯਾਦ ਹੋਵੇ 2 ਮਹੀਨੇ ਪਹਿਲਾਂ ਪਟਿਆਲੇ ਕਰਕੇ ਗਏ ਸੀ ਜਿਹੜਾ ਉਦਘਾਟਨ। ਆਮ ਆਦਮੀ ਪਾਰਟੀ ਪੰਜਾਬ ਦੀ ਸਰਕਾਰ ਕਮਿਟਿਡ ਹੈ ਪੰਜਾਬ ਦੇ ਲੋਕਾਂ ਲਈ ਕੰਮ ਕਰਨ ਦੇ ਲਈ। ਤੁਸੀਂ ਇੱਕ ਗੱਲ ਦੱਸੋ ਕਿ ਸਰਕਾਰਾਂ 15 ਸਾਲ ਦੀਆਂ ਸਰਕਾਰਾਂ ਦੀ ਨੁਮਾਇੰਦਗੀ ਕਰਦੇ ਨੇ, ਬੀਜੇਪੀ ਸ਼੍ਰੋਮਣੀ ਅਕਾਲੀ ਦਲ 10 ਸਾਲ ਤੇ 5 ਸਾਲ ਕਾਂਗਰਸ ਦੇ, ਇਹਨਾਂ ਨੇ ਹੁਣ ਤੱਕ ਉਹ ਕੋਲੇ ਦੀ ਖਾਣ ਕਿਉਂ ਨਹੀਂ ਖੁਲਵਾਈ ਜਿਹੜੀ ਭਗਵੰਤ ਮਾਨ ਸਾਹਿਬ ਨੇ ਆਉਂਦੀ ਖੁਲਵਾ ਲਈ ਤੇ ਪੰਜਾਬ ਨੂੰ ਸਸਤਾ ਕੋਲਾ ਮਿਲਣ ਲੱਗ ਗਿਆ? 1300 ਤੋਂ 1500 ਕਰੋੜ ਰੁਪਏ ਦਾ ਕੋਲਾ ਜਿਹੜਾ ਹੈਗਾ ਪੰਜਾਬ ਦਾ ਬਚਿਆ ਕਿੱਦਾਂ? 300 ਯੂਨਿਟ ਬਿਜਲੀ ਆਉਂਦੇ ਹੀ ਸਰਦਾਰ ਭਗਵੰਤ ਸਿੰਘ ਮਾਨ ਨੇ ਫ੍ਰੀ ਦੇਤੀ ਪੰਜਾਬ ਦੇ ਲੋਕਾਂ ਨੂੰ। ਕਿੱਦਾਂ ਪੰਜਾਬ ਦੇ ਆਮ ਛੋਟੇ ਪਰਿਵਾਰਾਂ ਦੇ ਜਿਹੜੇ ਬੱਚੇ ਹੈ ਉਹ ਫ੍ਰੀ ਬਿਜਲੀ ਹੈਗੀ ਹੈ ਜਿਹੜੀ ਉਹਦਾ ਆਨੰਦ ਮਾਣ ਰਹੇ ਹੈ? ਤਾਂ ਇਹ ਸਾਰੀਆਂ ਕਿੱਦਾਂ ਅਸੀਂ ਆਉਂਦੇ ਹੀ ਥਰਮਲ ਪਲਾਂਟ ਖਰੀਦ ਲਿਆ? ਇਹ ਸਾਰੀਆਂ ਗੱਲਾਂ ਇੱਥੇ ਨੇ। ਪਰ ਆ ਜਿਹੜੀ ਓਪੋਜੀਸ਼ਨ ਪਾਰਟੀਜ਼ ਹੈ ਉਹਨਾਂ ਦਾ ਮਕਸਦ ਕੀ ਹੈ? ਉਹਨਾਂ ਦਾ ਮਕਸਦ ਇਹ ਹੈ ਕਿ ਕਿਸੇ ਨਾ ਕਿਸੇ ਰੂਪ ਦੇ ਵਿੱਚ ਪੰਜਾਬ ਦੇ ਲੋਕਾਂ ਨੂੰ ਜਿੱਦਾਂ ਪਹਿਲਾਂ 15 ਸਾਲ ਇਹਨਾਂ ਨੇ ਡੀਰੇਲ ਕੀਤਾ, ਜਿੱਦਾਂ ਪਹਿਲੇ 15 ਸਾਲ ਇਹਨਾਂ ਨੇ ਮਿਸਗਾਈਡ ਕੀਤਾ, ਹੁਣ ਵੀ ਮਿਸਗਾਈਡ ਕਰੀਏ, ਪਰ ਪੰਜਾਬ ਦੇ ਲੋਕਾਂ ਨੇ ਜਿਹੜਾ ਆਮ ਆਦਮੀ ਪਾਰਟੀ ਦੇ ਉੱਪਰ ਭਰੋਸਾ ਜਿਤਾਇਆ, ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਉੱਪਰ ਭਰੋਸਾ ਜਿਤਾਇਆ, ਸ਼੍ਰੀ ਅਰਵਿੰਦ ਕੇਜਰੀਵਾਲ ਜੀ ਦੇ ਉੱਪਰ ਭਰੋਸਾ ਜਿਤਾਇਆ, ਸਰਦਾਰ ਭਗਵੰਤ ਸਿੰਘ ਜੀ ਮਾਨ